ਦੇਸ਼ ਭਰ ਵਿੱਚ ਜਿੱਥੇ ਚਾਈਨਾ ਡੋਰ ਦਾ ਬਾਈਕਾਟ ਕੀਤਾ ਜਾ ਰਿਹਾ ਉੱਥੇ ਲੁਧਿਆਣਾ ਵਿਖੇ ਕਾਲਜ ਦੇ ਵਿਦਿਆਰਥੀਆਂ ਵੱਲੋਂ ਆਰਥੀ ਚੌਂਕ ਦੇ ਵਿੱਚ ਚਾਈਨਾ ਡੋਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਅਤੇ ਇੱਕ ਹਿਊਮਨ ਚੇਨ ਬਣਾ ਕੇ ਲੋਕਾਂ ਨੂੰ ਚਾਈਨਾ ਡੋਰ ਦੇ ਪ੍ਰਤੀ ਚਾਈਨਾ ਡੋਰ ਨਾ ਖਰੀਦਣ ਦੇ ਪ੍ਰਤੀ ਜਾਗਰੂਕ ਕੀਤਾ ਗਿਆ ਅਤੇ ਇਸ ਦੇ ਨੁਕਸਾਨ ਦੱਸੇ ਗਏ। ਉਹਨਾਂ ਨੇ ਚਾਈਨਾ ਡੋਰ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਚਾਈਨਾ ਡੋਰ ਨੂੰ ਬੰਦ ਕਰ ਦੇਣਾ ਚਾਹੀਦਾ ਅਤੇ ਸਰਕਾਰਾਂ ਨੂੰ ਵੀ ਇਸ 'ਤੇ ਕੜੇ ਕਦਮ ਚੁੱਕਣ ਦੀ ਜ਼ਰੂਰਤ ਹੈ। ਇਹ ਰੋਟਰੀ ਕਲੱਬ ਜੀ ਜੀ ਐਨ ਖਾਲਸਾ ਕਾਲਜ ਅਤੇ ਗਵਰਨਮੈਂਟ ਕਾਲਜ ਫੋਰ ਵੁਮੈਨ ਵੱਲੋਂ ਇੱਕ ਮਾਰਚ ਕੀਤਾ ਜਾ ਰਿਹਾ ਹੈ। ਕਾਲਜ ਤੋਂ ਲੈ ਕੇ ਆਰਤੀ ਚੌਂਕ ਤੱਕ ਇਹ ਮਾਰਚ ਹੈ। ਇਹ ਸਾਰੇ ਅਗੇਂਸਟ ਚਾਈਨਾ ਡੋਰ। ਚਾਈਨਾ ਡੋਰ ਇਜ਼ ਨੋਟ ਓਨਲੀ ਹਾਰਮਫੁਲ ਫੋਰ ਦਾ ਬਰਡਸ, ਫੋਰ ਦਾ ਇਨਵਾਇਰਮੈਂਟ, ਫੋਰ ਦਾ ਸੋਸਾਇਟੀ ਐਂਡ ਫੋਰ ਆਲ। ਇੰਡੀਅਨ ਇੰਡਸਟਰੀ ਨੂੰ ਖਤਮ ਕਰ ਰਹੀ ਹੈ, ਇੰਡੀਅਨ ਬਿਜ਼ਨਸ ਨੂੰ ਖਤਮ ਕਰ ਰਹੀ ਹੈ, ਇੰਡੀਅਨ ਇਨਵਾਇਰਮੈਂਟ ਨੂੰ ਖਤਮ ਕਰ ਰਹੀ ਹੈ। ਸੋ ਇਹ ਬੱਚਿਆਂ ਵੱਲੋਂ ਲੋਹੜੀ ਦੇ ਓਕੇਜਨ 'ਤੇ ਕੈਂਪੇਨ ਹੈ ਕਿ ਚਾਈਨਾ ਡੋਰ ਨੂੰ ਛੱਡ ਕੇ ਅਸੀਂ ਅਗਰ ਕੋਈ ਵੀ ਪ੍ਰੋਡਕਟ ਯੂਜ਼ ਕਰਨਾ ਹੈ ਤਾਂ ਉਹ ਇੰਡੀਅਨ ਪ੍ਰੋਡਕਟ ਯੂਜ਼ ਕਰੀਏ, ਬੀ ਇੰਡੀਅਨ, ਬਾਏ ਇੰਡੀਅਨ ਐਂਡ ਅਵੋਇਡ ਚਾਈਨਾ ਡੋਰ। ਅੱਜ ਦਾ ਜਿਹੜਾ ਇਹ ਮਾਰਚ ਹੈ ਰੋਟਰੀ ਕਲੱਬ ਲੁਧਿਆਣਾ ਨੌਰਥ ਦੀ ਤਰਫ ਤੋਂ, ਜਿਹੜੇ ਰੋਟਰੈਕਟ ਕਲੱਬ ਹੈ, ਜੀ ਜੀ ਐਨ ਖਾਲਸਾ ਕਾਲਜ ਐਂਡ ਗਵਰਨਮੈਂਟ ਕਾਲਜ ਫਾਰ ਵੁਮੈਨ, ਇਹ ਸਾਰਿਆਂ ਨੇ ਇਕੱਠੇ ਹੋ ਕੇ ਚਾਈਨਾ ਡੋਰ ਦੇ ਅਗੇਂਸਟ ਇਹ ਮਾਰਚ ਕਰ ਰਹੇ ਹੈ। ਕਿਉਂਕਿ ਚਾਈਨਾ ਡੋਰ ਅੱਜ ਤੁਸੀਂ ਰੋਜ਼ ਖਬਰਾਂ ਸੁਣਦੇ ਹੋ, ਅਖਬਾਰਾਂ 'ਚ ਪੜ੍ਹਦੇ ਹੋ ਕਿ ਚਾਈਨਾ ਡੋਰ ਦੇ ਨਾਲ ਕਿਤੇ ਕੁਛ ਨੁਕਸਾਨ ਹੋ ਗਿਆ, ਕਿਤੇ ਕੁਛ ਨੁਕਸਾਨ ਹੋ ਗਿਆ, ਆਦਮੀਆਂ ਦਾ ਨੁਕਸਾਨ ਹੋ ਰਿਹਾ, ਜਾਨਵਰਾਂ ਦਾ ਨੁਕਸਾਨ ਹੋ ਰਿਹਾ, ਵਾਤਾਵਰਨ ਦਾ ਨੁਕਸਾਨ ਹੋ ਰਿਹਾ। ਅਸੀਂ ਇਸ ਮਾਰਚ ਰਾਹੀਂ ਗਵਰਨਮੈਂਟ ਨੂੰ ਅਪੀਲ ਕਰਦੇ ਹਾਂ ਕਿ ਪੱਕੇ ਤਰੀਕੇ ਦੇ ਨਾਲ ਜੇ ਚਾਈਨਾ ਡੋਰ ਹੈ ਬਿਲਕੁਲ ਬੰਦ ਕੀਤੀ ਜਾਵੇ ਤਾਂ ਜੋ ਵਾਤਾਵਰਨ ਔਰ ਆਪਣੇ ਜਿਹੜੇ ਪਸ਼ੂ ਪੰਛੀ ਹੈ ਔਰ ਇਨਸਾਨੀ ਜਾਨਾਂ ਨੂੰ ਬਚਾਇਆ ਜਾ ਸਕੇ। ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ, ਤੁਸੀਂ ਰੋਜ਼ ਖਬਰਾਂ 'ਚ ਵੀ ਪੜ੍ਹਦੇ ਹੋ, ਅਖਬਾਰਾਂ 'ਚ ਵੀ ਦੇਖਦੇ ਹੋ, ਟੀਵੀ 'ਤੇ ਦੇਖਦੇ ਹੋ ਕਿ ਕਿੰਨਾ ਨੁਕਸਾਨ ਹੋ ਰਿਹਾ। ਲੇਕਿਨ ਸਾਡੀ ਗਵਰਨਮੈਂਟ ਫਿਰ ਵੀ ਇੰਨਾ ਜ਼ਿਆਦਾ ਸਟ੍ਰਿਕਟਲੀ ਹਲੇ ਐਕਸ਼ਨ ਨਹੀਂ ਲੈ ਰਹੀ। ਅਸੀਂ ਅਪੀਲ ਕਰਦੇ ਹਾਂ ਗਵਰਨਮੈਂਟ ਨੂੰ ਕਿ ਚਾਈਨਾ ਡੋਰ ਦੇ ਅਗੇਂਸਟ ਸਟ੍ਰਿਕਟਲੀ ਐਕਸ਼ਨ ਲੈ ਕੇ ਇਹਨੂੰ ਬਿਲਕੁਲ ਬੈਨ ਕੀਤਾ ਜਾਵੇ।